ਸਤਿਕਾਰਯੋਗ ਅੱਜ ਰਿਉਂਦ ਕਲਾਂ ਦੇ ਜੋ ਪੀਰ ਬਾਬਾ ਕੁਤਬ ਸ਼ਾਹ ਕਮੇਟੀ ਦੇ ਕੁਝ ਜ਼ਿੰਮੇਵਾਰ ਅਤੇ ਕੁਝ ਕਲੱਬ ਦੇ ਜ਼ਿੰਮੇਵਾਰ, 5-6 ਦਿਨ ਹੋ ਗਏ ਜੋ ਕਿ ਲਗਾਤਾਰ ਮਸਲਾ ਆ ਰਿਹਾ ਗਾ ਬੱਸਾਂ ਬਾਰੇ, ਜੋ ਕਿ ਬੱਸਾਂ ਵਾਲੇ ਸਟੂਡੈਂਟਾਂ ਨਾਲ ਅਤੇ ਪਿੰਡ ਦੇ ਹੋਰ ਲੋਕਾਂ ਨਾਲ ਬਹੁਤ ਵੱਡਾ ਧੱਕਾ ਕਰ ਰਹੇ ਨੇ। ਉਹ ਕਿਵੇਂ ਸਟੂਡੈਂਟ ਤੋਂ, ਇੱਕ ਤਾਂ ਆਮ ਮਾਨਸਾ ਜ਼ਿਲ੍ਹੇ ਦੇ ਵਿੱਚ ਦੇਖਿਆ ਹਰੇਕ ਹੀ ਹਾਫ ਟਿਕਟ ਦਿੰਦਾ ਅਤੇ ਇਹ ਪੂਰੀ ਟਿਕਟ ਲੈ ਰਹੇ ਨੇ। ਦੂਸਰੀ ਗੱਲ, ਜੋ ਕਿ ਰੋਡਵੇਜ਼ ਦਾ ਸਰਕਾਰ ਮੁਤਾਬਕ ਕਿਰਾਇਆ 1 ਰੁਪਏ 10 ਪੈਸੇ ਹੈ, ਇੱਥੋਂ ਸਾਡਾ ਪਿੰਡ ਰਿਉਂਦ ਕਲਾਂ ਤੋਂ ਬੋਹਾ, ਇਹ ਸਾਡਾ ਪਿੰਡ ਸਿਰਫ 10.5 ਕਿਲੋਮੀਟਰ ਬਣਦਾ ਹੈ, ਅਤੇ ਜੋ ਕਿ ਸਾਥੋਂ 15 ਰੁਪਏ ਅੱਜ ਤੋਂ 6 ਮਹੀਨੇ ਪਹਿਲਾਂ ਵਸੂਲੇ ਜਾ ਰਹੇ ਨੇ, ਜੋ ਕਿ ਮੈਂ ਖੁਦ ਆਪ ਵੀ ਸਫ਼ਰ ਕਰਦਾ ਗਾ ਉਹਦੇ ਵਿੱਚ। ਵੈਸੇ ਮੈਂ ਹੈਂਡੀਕੈਪਟ ਹੈ, ਮੈਂ ਹਾਫ ਟਿਕਟ ਦਿੰਦਾ, ਪਰ ਆਮ ਦੇਖਿਆ ਗਾ ਹੋਰ ਮੇਰੇ ਨਾਲ ਜੋ ਵੀ ਕੁਝ ਜਾਂਦੇ ਨੇ ਉਹ ਪੂਰੀ ਟਿਕਟ ਦੇ ਰਹੇ ਨੇ। ਇਹ ਜਿੰਨਾ ਕਿਰਾਇਆ ਸਰਕਾਰ ਦੇ ਮੁਤਾਬਕ ਬਣਦਾ ਉਸ ਤੋਂ ਵੱਧ ਦੇ ਰਹੇ ਨੇ, ਉਹ ਕਿਰਾਇਆ 15 ਰੁਪਏ ਵਸੂਲ ਰਹੇ ਨੇ। ਉਸ ਤੋਂ ਬਾਅਦ ਹੌਲੀ ਹੌਲੀ ਰੌਲਾ ਪੈਂਦਾ ਕਰਦਾ। ਅੱਜ ਬੋਹਾ ਥਾਣੇ ਦੇ ਵਿੱਚ ਅਸੀਂ ਗਏ ਇਕੱਠੇ ਹੋ ਕੇ, ਪਹਿਲੀ ਗੱਲ ਤਾਂ ਸਾਡੇ SHO ਸਾਹਿਬ ਨੇ ਕੋਈ ਵਧੀਆ ਨਹੀਂ ਸੁਣੀ, ਕਿਉਂਕਿ ਅਸੀਂ ਜਿੰਨੇ ਵੀ ਹੈਗੇ ਸੀ ਸਾਨੂੰ ਮੰਡੀਰ ਆਖਿਆ, ਅਤੇ ਸਾਡੇ ਪਿੰਡ ਨੂੰ ਵੀ ਬਹੁਤ ਵੱਡੇ ਧੱਬੇ ਲਾਏ ਉਹਨਾਂ ਨੇ, ਸਾਨੂੰ ਵੀ ਕਿਹਾ। ਮੈਂ ਹੱਥ ਕੱਢ ਕੇ ਬੋਲ ਸਕਦਾ ਕਿ ਮੈਂ ਅੱਜ ਤੱਕ ਮੈਨੂੰ ਕੋਈ ਬੰਦਾ ਕਹਿ ਦੇ ਵੀ ਕੋਈ ਨਸ਼ਾ ਵੇਚਿਆ ਹੋਵੇ ਜਾਂ ਕਰਿਆ ਹੋਵੇ, ਅਸੀਂ ਇਹ ਇਸ ਗੱਲ ਦੇ ਦੇਣਦਾਰ ਹੈ। ਪਰ ਉਹਨਾਂ ਨੇ ਇਹਦੇ ਵਿੱਚ ਸਾਨੂੰ ਵੀ ਲਿਆ, ਸਾਨੂੰ ਉਲਟਿਆ ਧਮਕੀਆਂ ਦਿੱਤੀਆਂ, ਸਾਨੂੰ ਉਹਨਾਂ ਨੇ ਕਿਹਾ ਕਿ ਵੀ ਅਸੀਂ ਥੋੜ੍ਹੇ ਦੇ ਪਰਚੇ ਪਾ ਦਾਂਗੇ, ਅਸੀਂ ਐਂ ਕਰ ਦਾਂਗੇ। ਹਾਲਾਂਕਿ ਸਾਡੀ ਸਪੋਰਟ ਕਰਨ ਦੀ ਜਿਹੜੀ ਪੰਜਾਬ ਪੁਲਿਸ ਦਾ ਮਤਲਬ ਹੈ, ਉਹ ਸਾਡੀ ਹਿਫਾਜ਼ਤ ਵਾਸਤੇ ਹੈਗੀ, ਜੋ ਕਿ ਉਹ ਸਾਨੂੰ ਧਮਕੀਆਂ ਦੇ ਦੇ ਕੇ ਸਾਡੀ ਜਿਹੜੀ ਆਵਾਜ਼ ਹੈ ਉਹਨੂੰ ਚੁੱਪ ਕਰਾਉਣਾ ਚਾਹੁੰਦਾ ਸੀ ਆ, ਪਰ ਉਸ 'ਤੇ ਫਿਰ ਵੀ ਅਸੀਂ ਉਹਦੀ ਕਹੇ 'ਤੇ ਫੁੱਲ ਚੜ੍ਹਾਏ। ਉਹਨਾਂ ਨੇ ਕਿਲੋਮੀਟਰ ਨੋਟ ਕੀਤਾ, ਜੋ ਕਿ ਕਿਲੋਮੀਟਰ ਨੋਟ ਕੀਤਾ, ਅਸੀਂ 2 ਮੁਲਾਜ਼ਮ ਉਹਨਾਂ ਦੇ ਸੀ ਬੱਸਾਂ ਵਾਲਿਆਂ ਦੇ, ਅਤੇ ਇੱਕ ਹੋਰ ਸੀ ਪਿੰਡ ਦੇ ਪਤਵੰਤੇ ਬਲਕਾਰ ਸਿੰਘ ਸਰਪੰਚ ਸੀ। ਜਦੋਂ ਉਹਨਾਂ ਨੇ ਰਿਉਂਦ ਤੋਂ ਅਪ ਡਾਊਨ ਕੀਤਾ ਤਾਂ ਸਿਰਫ 21 ਕਿਲੋਮੀਟਰ ਬਣਦਾ ਸੀ ਅਪ ਡਾਊਨ ਦਾ, ਜਿਹੜਾ ਕਿ 10.5 ਕਿਲੋਮੀਟਰ ਹੈ। 1 ਰੁਪਏ 10 ਪੈਸੇ ਦੇ ਹਿਸਾਬ ਨਾਲ ਦੇਖੋ ਜੀ ਕਿੰਨਾ ਕਿਰਾਇਆ ਬਣਦਾ ਜੀ। ਅੱਜ 6 ਮਹੀਨੇ ਹੋ ਗਏ, 7 ਮਹੀਨੇ ਹੋ ਗਏ, ਇਹ ਸਾਥੋਂ ਇੰਨਾ ਕਿਰਾਇਆ ਵਸੂਲ ਰਹੇ ਨੇ ਜੀ। ਪ੍ਰਾਈਵੇਟ ਬੱਸਾਂ ਵਾਲਿਆਂ ਨੇ ਬਹੁਤ ਜ਼ਿਆਦਾ ਸਾਡੇ ਨਾਲ ਧੱਕਾ ਕੀਤਾ ਜੀ। ਮੈਂ ਜਾ ਰਿਹਾ ਸੀਗਾ ਜੀ 14 ਅਗਸਤ ਨੂੰ ਪੌਦੇ ਲੈਣ ਚੱਕ ਭਾਈ ਕੇ, ਉੱਥੇ ਸਾਡੇ ਪਿੰਡ ਦੀ ਬੱਸ ਖੜਾਈ ਜੀ ਇਹਨਾਂ ਨੇ। ਜਦੋਂ ਇਹਨਾਂ ਨੇ ਉੱਥੇ ਬੱਸ ਖੜਾਈ, ਉੱਥੇ ਸਾਡੇ ਪਿੰਡ ਦੀਆਂ ਜੋ ਕਿ ਗੁਰੂ ਨਾਨਕ ਕਾਲਜ ਦੀਆਂ ਵਿਦਿਆਰਥਣਾਂ ਨੇਗੀਆਂ, ਉਹਨਾਂ ਨੂੰ ਇਹਨਾਂ ਨੇ ਜਲੀਲ ਕੀਤਾ, ਅਤੇ ਉੱਥੇ ਠੇਕੇ ਦੇ ਸਾਹਮਣੇ ਇਹਨਾਂ ਨੂੰ ਲਾਇਆ ਗਿਆ, ਬੱਸ ਤੋਰ ਲਈ। ਉਸ ਤੋਂ ਬਾਅਦ ਅਸੀਂ ਮੋਟਰਸਾਈਕਲ 'ਤੇ ਆਏ, ਮੈਂ ਅਤੇ ਮੇਰਾ ਬਰਾਦਰ ਸੀ। ਅਸੀਂ ਜਦੋਂ ਆਏ ਅਸੀਂ ਉਹਨਾਂ ਨੂੰ ਕਿਹਾ ਬੇਟਾ ਕੀ ਗੱਲ ਹੋਈ, ਕਹਿੰਦੇ ਬੱਸ ਵਾਲਿਆਂ ਨੇ ਸਾਨੂੰ ਇੱਥੇ ਲਾਹਤਾ, ਅਤੇ ਬੱਸ ਉਹਨਾਂ ਨੇ ਤੋਰ ਲਈ। ਉਸ ਤੋਂ ਬਾਅਦ ਮੈਂ ਆਪ ਤੁਰ ਕੇ ਗਿਆ, ਅਤੇ ਉਸ ਮੁੰਡੇ ਨੂੰ, ਮੇਰੇ ਚਾਚੀ ਦੇ ਨੂੰ ਕਿਹਾ ਵੀ ਇਹ ਲੜਕੀਆਂ ਨੂੰ ਬੋਹਾ ਤੱਕ ਪਹੁੰਚਦਾ ਕਰੋ। ਉਸ ਤੋਂ ਬਾਅਦ ਕਰਦੇ ਕਰਦੇ ਫਿਰ ਪਿੰਡ 'ਚ ਕੋਈ ਮਸਲਾ ਹੋਇਆ ਵੀ ਕਰਾਂਗੇ, 2 ਦਿਨਾਂ ਦੀਆਂ ਛੁੱਟੀਆਂ ਆ ਗਈਆਂ ਜੀ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਅਸੀਂ SSP ਦੇ ਵੀ ਜਾਏ, ਅਤੇ ਆਪਾਂ ਅਸੀਂ ਹੁਣ ਕੱਲ੍ਹ ਨੂੰ ਉੱਥੇ ਜਾ ਰਹੇ ਹਾਂ ਜੀ ਰੋਡ ਵਿੱਚ। ਅਸੀਂ ਇੱਕੋ ਮੰਗ ਕਰਦੇ ਹਾਂ ਜੀ ਸਰਕਾਰ ਕੋਲੋਂ ਵੀ ਸਾਨੂੰ ਇਹਨਾਂ ਤੋਂ ਦੂਰ ਰੱਖਿਆ ਜਾਵੇ, ਪ੍ਰਾਈਵੇਟ ਬੱਸਾਂ ਜਿਵੇਂ ਵੀ ਹੈ, ਸਾਡੇ ਸਟੂਡੈਂਟਾਂ ਨੂੰ, ਲੜਕੀਆਂ ਨੂੰ 1-2 ਟਾਈਮ ਰੋਡਵੇਜ਼ ਦੇ ਬੱਸਾਂ ਦੇ ਸਾਡੇ ਬੁਲਾਡੇ ਤੋਂ ਰਿਉਂਦ ਵਾਇਆ ਮਤਲਬ ਬਰੇਟਾ ਹੋ ਜਾਵੇ, ਚਾਹੇ ਬੀਰੇ ਵਾਲੇ ਦੇ ਵੀ ਵਿਦਿਆਰਥੀ ਨੇ, ਛੋਟੀ ਰਿਉਂਦ ਦੇ ਵੀ ਨੇ, ਪਹਿਲਾਂ ਪਿਛਲੇ ਸਮੇਂ ਤੋਂ ਚੱਲ ਰਹੀਆਂ ਸੀ ਰੋਡਵੇਜ਼ ਦੀਆਂ ਬੱਸਾਂ, ਅਤੇ ਹੁਣ ਅਸੀਂ ਉਮੀਦ ਕਰਦੇ ਹਾਂ ਇਹਨਾਂ ਕੋਲੋਂ, ਪੰਜਾਬ ਰੋਡਵੇਜ਼ ਕੋਲੋਂ, ਸਰਕਾਰ ਕੋਲੋਂ
ਵੀ ਸਾਡੇ ਸਟੂਡੈਂਟਾਂ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਅਤੇ ਸਾਡੇ ਆਮ ਲੋਕਾਂ ਨਾਲ ਵੀ ਬਹੁਤ ਜ਼ਿਆਦਾ ਧੱਕਾ ਰਿਹਾ। ਨੰਬਰ ਇੱਕ ਤਾਂ ਸਾਡੇ ਵਾਸਤੇ ਬੱਸ ਦੀ ਸੁਵਿਧਾ ਦਿੱਤੀ ਜਾਵੇ, ਨੰਬਰ ਦੋ ਅਤੇ ਜੋ ਵੀ ਸਾਡਾ ਇੰਨਾ ਕਿਰਾਇਆ ਉਹਨਾਂ ਨੂੰ ਸਹੀ ਢੰਗ ਨਾਲ ਨੋਟ ਕਰਕੇ ਬੱਸਾਂ ਵਾਲਿਆਂ ਤੋਂ, ਅਤੇ ਉਹ ਸਾਡਾ ਸਿਰਫ 10 ਰੁਪਏ ਕਿਰਾਇਆ ਬਣਦਾ, ਉਹ ਸਾਨੂੰ ਲਾਗੂ ਕੀਤਾ ਜਾਵੇ। ਧੰਨਵਾਦ ਜੀ। ਆ ਤੁਹਾਡੇ ਸਾਹਮਣੇ ਸਾਡੇ ਨਾਲ ਕਲੱਬ ਦੇ ਪੀਰ ਪ੍ਰਬੰਧਕ ਕਮੇਟੀ ਬਾਈ ਸੁੱਖਾ ਜੀ ਅਤੇ ਬਾਈ ਜੋਧਾ ਜੀ, ਇਹ ਕੁਛ ਬੋਲਣਗੇ ਜੀ। ਮੈਂ ਦਸ਼ਮੇਸ਼ ਸਪੋਰਟਸ ਕਲੱਬ ਦਾ ਪ੍ਰਧਾਨ ਹਾਂ, ਬੂਟਾ ਸਿੰਘ ਆ। ਆਹ ਦੇਖੋ ਜੀ, ਸਾਡੇ ਸਰਕਾਰੀ ਰੋਡਵੇਜ਼ ਬੱਸਾਂ ਦੋ ਚੱਲਦੀਆਂ ਨੇ, ਇੱਕ ਸੁਬਹਾ ਦਾ ਟਾਈਮ ਆ, ਸਵੇਰੇ 5:15 ਆ ਅਤੇ ਵਾਪਸੀ ਨੂੰ ਸ਼ਾਮ ਨੂੰ ਆਉਂਦੀ ਹੈ। ਆਹ ਟਿਕਟ ਹੈ ਸਰਕਾਰੀ ਰੋਡਵੇਜ਼ ਦੀ, ਅਤੇ ਪ੍ਰਾਈਵੇਟ ਬੱਸਾਂ ਵਾਲੇ ਉਹਨਾਂ ਦੀ ਟਿਕਟ ਦਾ ਕਿਰਾਇਆ 15 ਰੁਪਏ ਲੈ ਜਾਂਦਾ ਹੈ, ਸਾਡਾ ਆਹ ਸਰਕਾਰੀ ਰੋਡਵੇਜ਼ ਇਹ 10 ਰੁਪਏ ਲੈਂਦੇ ਨੇ। ਇਹ ਗਰੀਬ ਜਨਤਾ ਤੋਂ ਪਹਿਲਾਂ 6-7 ਮਹੀਨਿਆਂ ਤੋਂ ਲਗਾਤਾਰ 15 ਰੁਪਏ ਟਿਕਟ ਕਿਰਾਇਆ ਲੈ ਰਹੇ ਨੇ। ਠੀਕ ਹੈ, ਸਖ਼ਤ ਤੋਂ ਸਖ਼ਤ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ। ਸਰਕਾਰੀ ਰੋਡਵੇਜ਼ ਦੀ ਮੰਗ ਕਰਦੇ ਆ, ਜੋ ਗਰੀਬ SC ਪਰਿਵਾਰ ਹੈ ਇਸ ਤਰ੍ਹਾਂ 10 ਰੁਪਏ ਕਿਰਾਇਆ ਲਿਆ ਜਾਵੇ ਅਤੇ ਸਾਡਾ ਹੱਲ ਕੀਤਾ ਜਾਵੇ। ਸਾਡੀ ਥਾਣੇ ਵਿੱਚ ਵੀ ਕੋਈ ਸੁਣਵਾਈ ਨਹੀਂ ਹੋਈ, ਸਾਨੂੰ ਧਮਕਾਇਆ ਗਿਆ, ਡਰਾਇਆ ਗਿਆ। ਜੇ ਅਸੀਂ ਆਵਾਜ਼ ਉੱਚੀ ਚੱਕਦੇ ਹਾਂ ਸਾਨੂੰ ਧਮਕਾਇਆ ਜਾਂਦਾ, ਡਰਾਇਆ ਜਾਂਦਾ। ਅਸੀਂ ਸਰਕਾਰ ਦੇ ਧੰਨਵਾਦ ਹੋਵਾਂਗੇ, ਪ੍ਰਾਈਵੇਟ ਬੱਸਾਂ ਬੰਦ ਕਰੀਆਂ ਜਾਣਾ ਅਤੇ ਸਰਕਾਰੀ ਰੋਡਵੇਜ਼ ਲਾਈਆਂ ਜਾਣਾ। ਧੰਨਵਾਦ। ਮੈਂ ਸਾਡੇ 10 ਕਿਲੋਮੀਟਰ ਬਣਦਾ, ਉਹਨਾਂ ਨੇ ਸ਼ਰਤ ਰੱਖੀ ਸੀ ਜੇਕਰ 11 ਕਿਲੋਮੀਟਰ ਦੇ ਉੱਤੇ ਹੋਇਆ ਤਾਂ ਅਸੀਂ ਇਹਦਾ ਕਿਰਾਇਆ ਜਿਹੜਾ ਉਹ ਮੈਂ ਐਡਜਸਟ ਕਰਾਂਗੇ। ਸਾਨੂੰ ਹੁਣ ਪਤਾ ਲੱਗ ਚੁੱਕਿਆ ਵੀ ਉਹਨਾਂ ਨੇ ਹੁਣ ਤਾਂ ਇਹ ਡਿਸੀਜਨ ਲੈ ਲਿਆ ਵੀ ਅਸੀਂ ਫੁੱਲ ਟਿਕਟ 10 ਰੁਪਏ ਦਾ ਉਹ ਮੰਨ ਗਏ ਉਹਨਾਂ ਨੇ। ਇਹ ਤਾਂ ਉਹਨਾਂ ਦੀ ਗਲਤ ਫਹਿਮੀ ਨਿਕਲ ਗਈ ਵੀ ਇਹ ਜਿਹੜੀ ਪ੍ਰੋਬਲਮ ਸੀਗੀ। ਹੁਣ ਮੈਂ ਇੱਕ ਹੀ ਅਪੀਲ ਕਰਦਾ GM ਸਾਹਿਬ ਨੂੰ ਵੀ ਇਹ ਸਾਡੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ। ਹਾਂ, ਸਾਨੂੰ ਰੋਡਵੇਜ਼ ਦੀ ਬੱਸ ਜਿਹੜਾ ਬੈਨੀਫਿਟ ਸਰਕਾਰ ਨੂੰ ਵੀ ਹੋਣਾ ਜਿਹਦੇ 'ਚੋਂ ਕਿ ਜਾਂ ਤਾਂ ਕਿ ਸਾਡਾ ਵੱਧ ਤੋਂ ਵੱਧ ਜ਼ਿਆਦਾ ਤੋਂ ਜ਼ਿਆਦਾ, ਮੈਂ ਇਹ ਹੀ ਇੱਕ ਰਿਕੁਐਸਟ ਕਰਦਾ ਵੀ ਸਾਡੀ ਹੈਲਪ ਕੀਤੀ ਜਾਵੇ। ਸਾਡੀ ਪੂਰੇ ਸਟੂਡੈਂਟ ਦੀ ਕੈਲਕੂਲੇਸ਼ਨ ਕਰਕੇ ਦੇਖੇ GM ਸਾਹਿਬ ਨੂੰ, ਮੇਰੀ ਇਹੀ ਰਿਕੁਐਸਟ ਹੈ ਜੀ। ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਹੈਗਾ, ਚਲੇ ਪ੍ਰਾਈਵੇਟ ਬੱਸਾਂ ਜੋ ਕਿਵੇਂ ਵੀ ਉਹ ਚੱਲਦੀਆਂ ਨੇ ਤਾਂ ਸਾਨੂੰ ਇਹਦੇ ਨਾਲ ਕੋਈ ਮਸਲ ਤਾਂ ਨਹੀਂ ਹੋਣਾ। ਹੁਣ ਜੇ ਸਾਡੀ ਹੈਲਪ ਕਰੇ ਨੂੰ ਵੱਧ ਤੋਂ ਵੱਧ ਤੁਹਾਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਮੈਂ ਪਹਿਲੇ ਗੁਰੂ ਨਾਨਕ ਕਾਲਜ 'ਚ ਲਗਭਗ 1 ਸਾਲ ਪਹਿਲਾਂ ਮੈਂ ਪੜ੍ਹ ਚੁੱਕਿਆ, ਲੇਕਿਨ ਹੁਣ ਜੋ ਵੀ ਸਟੱਡੀ ਮੇਰੀ ਅੱਗੇ ਚੱਲ ਰਹੀ ਹੈ। ਬਟ ਗੱਲ ਇਹ ਹੈ, ਪਿੰਡ ਦਾ ਮਸਲਾ ਸਾਰਾ, ਅਤੇ ਹੁਣ ਜੋ ਕੁਛ ਵੀ ਹੋ ਰਿਹਾ ਬਹੁਤ ਨਾਜਾਇਜ਼ ਧੱਕਾ ਹੋ ਰਿਹਾ ਸਟੂਡੈਂਟਸ ਨਾਲ, ਗਰਲਸ ਨਾਲ, ਜਿੰਨੀ ਵੀ ਪਬਲਿਕ ਹੈ ਉਹਨਾਂ ਨਾਲ। ਅਤੇ ਮਸਲਾ ਸਾਰਾ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ, ਇਹੀ ਮਸਲੇ 'ਤੇ ਸਰਕਾਰ ਨੂੰ ਅਪੀਲ ਆ ਸਾਡੇ ਵੱਲੋਂ ਕਿ ਜਲਦੀ ਤੋਂ ਜਲਦੀ ਕੋਈ ਬਣਦਾ ਫੈਸਲਾ ਲਿਆ ਜਾਵੇ ਅਤੇ ਸਾਰੀ ਪ੍ਰੋਬਲਮ ਸੋਲਵ ਕੀਤੀ ਜਾਵੇ। ਧੰਨਵਾਦ ਜੀ। ਸਾਡੇ ਵੱਲੋਂ ਆਹ ਸਟੂਡੈਂਟਸ ਵੱਲੋਂ ਸਭ ਨੂੰ ਬੇਨਤੀ ਹੈ ਕਿ ਸਾਨੂੰ ਕਾਫੀ ਸਾਲ ਹੋ ਗਏ ਨੇ ਪੜ੍ਹਦੇ ਨੂੰ, ਕਿ ਆ ਹੁਣ 2-4 ਸਾਲਾਂ ਤੋਂ ਜਿਹੜੇ ਬੱਸ ਮਾਲਕ ਨੇ ਜਾਂ ਬੱਸ ਕੰਡਕਟਰ ਡਰਾਈਵਰ ਨੇ, ਉਹਨਾਂ ਦੀ ਅਸੀਂ ਬੱਸ ਸਲੂਕੀ ਦਾ ਬਹੁਤ ਸ਼ਿਕਾਰ ਹੋ ਰਹੇ ਹਾਂਗੇ। ਇਕੱਲੇ ਮੁੰਡੇ ਹੀ ਨਹੀਂ, ਕੁੜੀਆਂ ਨੂੰ ਵੀ ਬਹੁਤ ਜ਼ਿਆਦਾ ਤੰਗ ਕੀਤਾ ਜਾਂਦਾ, ਅਤੇ ਅਸੀਂ ਨੇ DC ਕੋਲ ਐਕਟ ਵੀ ਲਾਈ ਹੈ ਕਿ ਸਾਨੂੰ ਸਰਕਾਰੀ ਬੱਸਾਂ ਦੀ ਸਹੂਲਤ ਦਿੱਤੀ ਜਾਵੇ। ਅਤੇ ਸਾਡੀ GM ਨੂੰ ਤਾਂ ਇਹੀ ਅਪੀਲ ਆ ਗਈ ਅਤੇ ਜਲਦੀ ਤੋਂ ਜਲਦੀ ਸਾਡੇ ਇਸ ਮਸਲੇ ਦਾ ਹੱਲ ਕੀਤਾ ਜਾਵੇ, ਮੇਰੀ ਨਿੱਜੀ ਸੰਘਰਸ਼ ਹੋਰ ਵੀ ਤੇਜ਼ ਹੋ ਸਕਦਾ ਜੀ। ਧੰਨਵਾਦ।